ਦੀਆਂ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਜਿੱਥੇ ਤੁਹਾਨੂੰ ਮਿਲਵਾਏ ਆ ਬਾਲੀਵੁੱਡ ਤੇ ਕਾਲੀਵੁੱਡ ਨਾਲ ਜੁੜੀਆਂ ਹਰੇਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਇਸ ਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅਪਡੇਟ ਵੱਲ। ਇਹ ਅਪਡੇਟ ਸਾਨੂੰ ਦਿੱਤੀ ਗਈ ਹੈ ਵਿਸ਼ਨੂੰ ਮਾਂਚੂ ਵੱਲੋਂ, ਜਿਨ੍ਹਾਂ ਦੀ ਨਵੀਂ ਤਾਮਿਲ ਮੂਵੀ ਆ ਰਹੀ ਹੈ ਜਿਸ ਦਾ ਟਾਈਟਲ ਹੈ ਮੂਸਾ ਗੱਲੂ ਤੇ ਹਿੰਦੀ ਵਿੱਚ ਇਸ ਮੂਵੀ ਦਾ ਟਾਈਟਲ ਹੈ ਅਨੂ ਤੇ ਅਰਜੁਨ। ਤੁਹਾਨੂੰ ਦੱਸ ਦਈਏ ਕਿ ਇਹ ਮੂਵੀ ਸੱਚੀ ਘਟਨਾ ਦੇ ਆਧਾਰ ਤੇ ਬਣਾਈ ਗਈ ਹੈ ਤੇ ਇਸ ਮੂਵੀ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਈਟੀ ਸਕੈਮ ਦਰਸਾਇਆ ਗਿਆ ਹੈ। ਜੇ ਆਪਾਂ ਮੂਵੀ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਵਿਸ਼ਨੂੰ ਮਾਂਚੂ ਦੇ ਨਾਲ ਨਾਲ ਸਾਨੂੰ ਸੁਨੀਲ ਸ਼ੈਟੀ ਤੇ ਕਾਜਲ ਅਗਰਵਾਲ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਇਹ ਮੂਵੀ ਨੂੰ ਲਿਖਿਆ ਗਿਆ ਤੇ ਪ੍ਰੋਡਿਊਸ ਕੀਤਾ ਗਿਆ ਵਿਸ਼ਨੂੰ ਮਾਂਚੂ ਵੱਲੋਂ ਤੇ ਇਸ ਨੂੰ ਡਾਇਰੈਕਟ ਕੀਤਾ ਗਿਆ ਜੈਫਰੀ ਗੀ ਚਿਨ ਵੱਲੋਂ। ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦੀ ਇਹ ਮੂਵੀ 11 ਮਾਰਚ 2021 ਨੂੰ ਸਿਨੇਮਾ ਹਾਲ ਦੇ ਵਿੱਚ ਵੇਖਣ ਨੂੰ ਮਿਲ ਜਾਵੇਗੀ। ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਅਪਡੇਟ? ਸਾਨੂੰ ਲਾਈਕ, ਕਮੈਂਟ ਐਂਡ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਈ ਵੀ ਅਪਡੇਟ ਮਿਸ ਨਾ ਹੋ ਸਕੇ। ਥੈਂਕਸ ਫਾਰ ਵਾਚਿੰਗ ਐਂਡ ਕੀਪ ਸ਼ੇਅਰਿੰਗ।